ਐਬਸੋਲੂਟ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ। ਅਤੇ ਆਪਾਂ ਪਿਛਲਾ ਜਿਹੜਾ ਸਬਕ ਸੀਗਾ ਉਹਦੇ ਵਿੱਚ ਜਿਹੜਾ ਮਾਤਰਾ ਸੀਗੀ ਸਿਹਾਰੀ ਲਿਖਣੀ ਸਿੱਖੀ ਸੀ ਜਾਂ ਸਿਹਾਰੀ ਦੀ ਵਰਤੋਂ ਕਰਨੀ ਸਿੱਖੀ ਸੀ। ਅਤੇ ਉਸ ਤੋਂ ਪਹਿਲਾਂ ਮੁਕਤਾ ਕੰਨਾ ਫਿਰ ਸਿਹਾਰੀ, ਹੁਣ ਹੈਗੀ ਵਾਰੀ ਬਿਹਾਰੀ ਦੀ। ਜਿਹੜਾ ਬਿਹਾਰੀ ਇਹ ਆਪਾਂ ਵਰਤਦੇ ਹਾਂ, ਇਹਦੇ ਨਾਲ ਆਵਾਜ਼ ਆਪਾਂ ਈ ਦੀ ਬਣਾਉਂਦੇ ਹਾਂ। ਈ ਕੋਈ ਵੀ ਜਿਹੜਾ ਅੱਖਰ ਹੋਵੇ ਜਿੱਥੇ ਈ ਦੀ ਆਵਾਜ਼ ਆਵੇ ਉੱਥੇ ਆਪਾਂ ਨੂੰ ਬਿਹਾਰੀ ਵਰਤਣੀ ਪੈਂਦੀ ਹੈ। ਮੈਂ ਇਹਦੀਆਂ ਥੋੜ੍ਹੀਆਂ ਤੁਹਾਨੂੰ ਮਿਸਾਲਾਂ ਵੀ ਦੇਵਾਂਗਾ, ਪਰ ਇੰਨਾ ਚੇਤਾ ਰੱਖਣਾ ਕਿ ਜਿਹੜੀ ਇਹ ਬਿਹਾਰੀ ਆ ਇਹ ਅੱਖਰ ਦੀ ਲੰਬਾਈ ਪੂਰੀ ਤੱਕ ਥੱਲੇ ਤੇ ਜਾਂਦੀ ਆ ਅਤੇ ਅੱਖਰ ਤੋਂ ਮਗਰੋਂ ਲੱਗਦੀ ਆ ਅਤੇ ਇਹ ਇਕੱਲੀ ਈੜੀ ਨਾਲ ਲੱਗਦੀ ਆ। ਊੜਾ ਅਤੇ ਐੜੇ ਦੇ ਨਾਲ ਇਹ ਬਿਹਾਰੀ ਨਹੀਂ ਲੱਗਦੀ, ਬਾਕੀ ਅੱਖਰਾਂ ਦੇ ਨਾਲ ਲੱਗਦੀ ਆ। ਅਤੇ ਆਪਾਂ ਤੁਹਾਨੂੰ ਮੈਂ ਦੱਸਦਾ ਕਿ ਇੱਦਾਂ ਇਹਨੂੰ ਲਿਖਿਆ ਬਿਹਾਰੀ, ਇਹ ਹੁੰਦੀ ਇੱਦਾਂ ਆ ਲਕੀਰ ਅਤੇ ਇਹ ਤੋਂ ਮਗਰੋਂ, ਅੱਖਰ ਤੋਂ ਮਗਰੋਂ, ਅੱਖਰ ਤੋਂ ਮਗਰੋਂ ਜੇ ਆਪਾਂ ਥੋੜ੍ਹਾ ਜਿਹਾ ਸੌਖਾ ਅੱਖਰ ਦੇਖ ਲੈਂਦੇ। ਪਹਿਲਾਂ ਆਮ ਆਪਾਂ ਰੋਜ਼ਾਨਾ ਹੀ ਵਰਤਦੇ ਹਾਂ ਅੱਖਰ ਸੀ, ਮੈਂ ਜਾਂਦਾ ਸੀ, ਉਹ ਕੀ ਕਰਦਾ ਸੀ, ਅਤੇ ਸੀ ਲਿਖਣਾ ਤਾਂ ਸੱਸਾ, ਸੱਸੇ ਤੋਂ ਮਗਰੋਂ ਬਿਹਾਰੀ। ਉੱਪਰ ਥੋੜ੍ਹਾ ਜਿਹਾ ਫਰਕ ਹੁੰਦਾ ਇੱਥੇ ਅੱਖਰ ਦੇ, ਜਿੱਦਾਂ ਬਿਹਾਰੀ ਪੈਦੀ ਆ, ਪਰ ਜੇ ਨਾ ਵੀ ਹੋਵੇ ਲਿਖਣ ਦੇ ਵਿੱਚ ਕੋਈ ਫਰਕ ਨਹੀਂ ਹੈ, ਕਿਉਂਕਿ ਇਹਦੇ ਨਾਲ ਹੋਰ ਕੋਈ ਇੱਦਾਂ ਦਾ ਹੈ ਨਹੀਂ ਮਾਤਰਾ ਕਿ ਜਿਹੜੀ ਇਹਦੇ ਨਾਲ ਮਿਲਦੀ ਜੁਲਦੀ ਹੋਵੇ। ਅਤੇ ਇਸ ਕਰਕੇ ਨਾਲ ਜੁੜਦਾ ਜਾਂ ਨਹੀਂ ਉਹਦਾ ਕੋਈ ਤੁਸੀਂ ਬਹੁਤਾ ਫਿਕਰ ਨਹੀਂ ਕਰਨਾ। ਅਤੇ ਆਪਾਂ ਪੰਜ ਸੱਤ ਜਿਹੜੀਆਂ ਮਿਸਾਲਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਅਤੇ ਇਹ ਜਿਹੜਾ ਸਾਬਕ ਆ ਉਹਨੂੰ ਮੈਂ ਕੋਸ਼ਿਸ਼ ਕਰੂੰਗਾ ਕਿ ਥੋੜ੍ਹਾ ਛੋਟਾ ਹੀ ਰਹੇ। ਪਹਿਲਾਂ ਆਪਾਂ ਜਿਹੜਾ ਅੱਖਰ ਸ਼ੁਰੂ ਕਰਦੇ ਹਾਂ ਉਹਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਆਪਾਂ ਥੋੜ੍ਹੇ ਜਿਹੇ ਅੱਖਰਾਂ ਦੇ ਵਿੱਚ ਪਹਿਲਾਂ ਜਿਹੜਾ ਆਪਾਂ ਸਿੱਖਿਆ ਮੁਕਤਾ ਜਾਂ ਕੰਨਾ ਜਾਂ ਸਿਹਾਰੀ ਉਹ ਵੀ ਨਾਲ ਦੀ ਨਾਲ ਆ ਜਾਵੇ ਅੱਖਰਾਂ ਦੇ ਵਿੱਚ, ਅਤੇ ਤੁਹਾਨੂੰ ਥੋੜ੍ਹਾ ਜਿਹਾ ਚੇਤਾ ਆਉਂਦਾ ਰਹੇ ਪੁਰਾਣੇ ਜਿਹੜੇ ਮਾਤਰਾ ਵਗੈਰਾ ਦਾ। ਅਤੇ ਆਪਾਂ ਜੇ ਕਿਸੇ ਦਾ ਆਪਾਂ ਥੋੜ੍ਹੀ ਜਿਹੀ ਜਿਹੜੀਆਂ ਬਹੁਤ ਜ਼ਿਆਦਾ ਸੌਖੀ ਮਿਸਾਲ ਲੈ ਲੈਂਦੇ ਹਾਂ, ਨਾਂ ਤੋਂ ਸ਼ੁਰੂ ਕਰ ਲੈਂਦੇ ਹਾਂ, ਜੀਤ, ਜੀਜਾ, ਬਿਹਾਰੀ, ਤੱਤਾ, ਜਾਂ ਮੀਤ, ਮੰਮਾ, ਮੰਮੇ ਨੂੰ ਬਿਹਾਰੀ ਈ ਬਣਾਉਣ ਲਈ ਮੀ, ਤੱਤਾ, ਮੀਤ। ਇਹਦੇ ਨਾਲ ਆਪਾਂ ਆ ਜਿਹੜਾ ਆ ਇਹਨੂੰ ਉੱਪਰ ਲੈ ਲੈਂਦੇ ਇੱਥੇ, ਇੱਥੇ ਤੁਸੀਂ ਦੇਖ ਲਓ ਕਿ ਆਪਾਂ ਜਿਹੜਾ ਇਹ ਬਿਹਾਰੀ ਲਿਖਿਆ ਬੱਬਾ ਬ, ਇਹਨੂੰ ਸਿਹਾਰੀ ਪਹਿਲਾਂ ਜਿਹੜੀ ਪਿਛਲੀ ਵਾਰੀ ਸਿੱਖੀ ਸੀ ਹਾਹਾ, ਅਤੇ ਹਾਹੇ ਨੂੰ ਕੰਨਾ ਹਾ, ਰਾਰਾ, ਬਿਹਾਰੀ ਰੀ, ਬਿਹਾਰੀ। ਆਪਾਂ ਹੁਣ ਲਿਖ ਲੈਂਦੇ ਹਾਂ ਮਾਲੀ, ਗਾਰਡਨਰ ਜਿਹੜਾ ਆਪਣੇ ਬਗੀਚਾ ਬਾਗ ਬਗੀਚਾ ਦੇ ਦਿੰਦਾ ਮਾਲੀ, ਮਾਂ, ਮੰਮਾ, ਅਤੇ ਆਪਾਂ ਪਹਿਲਾਂ ਸਿੱਖਿਆ ਸੀ ਕੰਨਾ ਮਾਂ, ਲੱਲਾ, ਅਤੇ ਇਹਨੂੰ ਬਿਹਾਰੀ ਮਾਲੀ। ਫਿਰ ਆਪਾਂ ਲਿਖ ਲੈਂਦੇ ਹਾਂ ਅਮੀਰ, ਅਮੀਰ ਲਈ ਤੁਹਾਨੂੰ ਪਤਾ ਆ ਐੜਾ, ਅਮੀਰ, ਮ, ਮੰਮਾ, ਇਹਨੂੰ ਅਮੀ ਬਣਾਉਣ ਲਈ ਮੰਮੇ ਨੂੰ ਬਿਹਾਰੀ, ਰਾਰਾ। ਅਤੇ ਅੱਖਰ ਕਾਫੀ ਆ, ਜਿੱਦਾਂ ਕਿਸੇ ਵੀ ਅੱਖਰ ਨਾਲ ਜਿੱਥੇ ਈ ਦੀ ਆਵਾਜ਼ ਆਉਂਦੀ ਆ, ਜੇ ਤੁਹਾਨੂੰ ਅੱਖਰ ਜਿਹੜੇ ਉਹ 35 ਅੱਖਰ ਜਿਹੜੇ ਚੇਤੇ ਆ, ਤਾਂ ਤੁਸੀਂ ਕੋਈ ਵੀ ਅੱਖਰ ਜਿਹੜਾ ਇਹ ਸੌਖਾ ਲਿਖ ਸਕਦੇ ਹਾਂ। ਆਪਾਂ ਜਿੱਦਾਂ ਲਿਖ ਦਈਏ ਧਰਤੀ, ਧੱਦਾ, ਧ, ਰਾਰਾ, ਰ, ਤੱਤਾ, ਇਹ ਬਣਦਾ ਧਰਤ। ਆਪਾਂ ਲਿਖਣੇ ਧਰਤੀ। ਇੱਕ ਅੱਖਰ ਹੋਰ ਆਪਾਂ ਥੋੜ੍ਹਾ ਜਿਹਾ ਲੰਮਾ ਲਿਖ ਲੈਂਦੇ ਹਾਂ ਇੱਥੇ, ਜਿੱਦਾਂ ਆਪਾਂ ਕਹਿ ਦਿੰਦੇ ਧਰਤੀ ਜਿਹੜੀ ਆ ਪਥਰੀਲੀ ਆ, ਪਥਰੀਲੀ। ਤੁਸੀਂ ਆਪ ਵੀ ਆਪਣੇ ਦਿਮਾਗ ਦੇ ਵਿੱਚ ਸੋਚਣਾ ਪਥਰੀਲੀ ਕਿੱਦਾਂ ਲਿਖ ਸਕਦੇ ਹਾਂ, ਪ,
ਪੱਪਾ ਥ ਥੱਥਾ ਪਥ ਰੀ ਲੀ ਰਾਰਾ ਬਿਹਾਰੀ ਪਥਰੀਲੀ ਬਿਹਾਰੀ ਪਥਰੀਲੀ ਅਤੇ ਆਪਾਂ ਜੇ ਹੋਰ ਇੱਕ ਅੱਖਰ ਮੈਂ ਥੋੜ੍ਹਾ ਜਿਹਾ ਲੰਮਾ ਵਰਤਦਾ ਜਿਹੜਾ ਤੁਹਾਨੂੰ ਪਤਾ ਟੁੱਟੀਆਂ ਭੱਜੀਆਂ ਚੀਜ਼ਾਂ ਜਿੱਥੇ ਆਪਾਂ ਰੱਖਦੇ ਉਹਨੂੰ ਸਕਦੇ ਕਬਾੜੀਆ ਕਹਿਣਾ ਕਬਾੜਖਾਨਾ ਕੱਕਾ ਬੱਬਾ ਕਬ ਆਪਾਂ ਲਿਖਣਾ ਕਬਾੜੀਆ ਕੰਨਾ ਲਾੜਾ ਇਹਨੂੰ ਈ ਬਣਾਉਣ ਲਈ ਕਬਾੜੀਆ ਬਿਹਾਰੀ ਆ ਐੜਾ ਐੜੇ ਨੂੰ ਕੰਨਾ ਇਹ ਬਣ ਗਿਆ ਕਬਾੜੀਆ ਅਤੇ ਮੇਰੇ ਖਿਆਲ 'ਚ ਇੰਨੇ ਕੁ ਅੱਖਰ ਜਿਹੜੇ ਬਿਹਾਰੀ ਲਿਖਣ ਲਈ ਕਾਫੀ ਆ ਅਤੇ ਇਸ ਤੋਂ ਜਿਹੜਾ ਅਗਲਾ ਮਾਤਰਾ ਲਗਾ ਆਉਣੀਆਂ ਆਪਾਂ ਅਗਲੇ ਸਬਕ ਦੇ ਵਿੱਚ ਇੱਕ ਇੱਕ ਕਰਕੇ ਉਹ ਸਾਰੀਆਂ ਤੁਹਾਨੂੰ ਜਿੰਨੇ ਵੀ 8-9-10 ਸਬਕ ਬਣੇ ਉਹਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਪੇਸ਼ ਕਰਾਂਗੇ ਤੁਹਾਨੂੰ ਅਤੇ ਖੁਸ਼ ਰਹੋ।